ਬਹੁਤ ਬਹੁਤ ਸਵਾਗਤ ਹੈ ਵਿਸ਼ਵ ਵਾਰਤਾ ਦੇਖ ਰਹੇ ਸਾਰੇ ਦਰਸ਼ਕਾਂ ਦਾ। ਚੰਡੀਗੜ੍ਹ ਗ੍ਰਨੇਡ ਅਟੈਕ ਮਾਮਲੇ ਦੇ ਵਿੱਚ ਵੱਡੀ ਖਬਰ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ਦੇ ਵਿੱਚ ਲੋੜੀਂਦਾ ਦੂਜਾ ਮੁਲਜ਼ਮ ਵੀ ਕਾਬੂ ਕਰ ਲਿਆ। ਤੁਹਾਨੂੰ ਦੱਸ ਦਈਏ, ਇਸ ਤੋਂ ਪਹਿਲਾਂ ਰੋਹਨ ਮਸੀਹ ਨਾਮ ਦਾ ਮੁਲਜ਼ਮ ਕਾਬੂ ਕੀਤਾ ਗਿਆ ਸੀ, ਜਿਸ ਨੇ ਚੰਡੀਗੜ੍ਹ ਗ੍ਰਨੇਡ ਅਟੈਕ ਮਾਮਲੇ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਤੇ ਦੋ ਮੁਲਜ਼ਮ ਇਸ ਦੇ ਵਿੱਚ ਲੋੜੀਂਦੇ ਸਨ। ਪਹਿਲੇ ਮੁਲਜ਼ਮ ਨੂੰ ਪਹਿਲਾਂ ਹੀ ਪੁਲਿਸ ਵੱਲੋਂ ਕਾਬੂ ਕਰ ਲਿਆ ਗਿਆ ਸੀ। ਰੋਹਨ ਮਸੀਹ ਨਾਮ ਦਾ ਇਹ ਨੌਜਵਾਨ ਸੀ ਤੇ ਹੁਣ ਵਿਸ਼ਾਲ ਨਾਮ ਦਾ ਇੱਕ ਹੋਰ ਮੁਲਜ਼ਮ ਫੜਿਆ ਗਿਆ, ਜਿਸ ਨੇ ਇਸ ਅਟੈਕ ਨੂੰ ਅੰਜਾਮ ਦਿੱਤਾ ਹੈ। ਇਸ ਮੁਲਜ਼ਮ ਦੇ ਫੜੇ ਜਾਣ ਤੋਂ ਬਾਅਦ ਵੱਡੇ ਖੁਲਾਸੇ ਹੋਏ ਨੇ। ਖੁਲਾਸਾ ਇਹ ਹੋਇਆ ਕਿ 5 ਲੱਖ ਦੇ ਵਿੱਚ ਅਟੈਕ ਕੀਤੇ ਜਾਣ ਦਾ ਪੂਰਾ ਮਾਮਲਾ, ਪੂਰਾ ਸੌਦਾ ਤੈਅ ਹੋਇਆ ਸੀ। ਇਹਨਾਂ ਦੋਵਾਂ ਮੁਲਜ਼ਮਾਂ ਨੂੰ 2.5-2.5 ਲੱਖ ਰੁਪਏ ਦਿੱਤੇ ਜਾਣੇ ਸਨ ਤੇ ਇਸ ਪੂਰੇ ਮਾਮਲੇ ਦੇ ਵਿੱਚ 50,000 ਰੁਪਏ ਪਹਿਲਾਂ ਹੀ ਭੇਜੇ ਜਾ ਚੁੱਕੇ ਸੀ। ਇਹ ਮੁਲਜ਼ਮ ਜੋ ਫੜਿਆ ਗਿਆ ਵਿਸ਼ਾਲ, ਇਹ ਦੂਜਾ ਮੁਲਜ਼ਮ ਹੈ ਤੇ ਇਹ ਸਿੱਧਾ ਰਾਬਤਾ ਸੀ ਇਸ ਦਾ ਅਮਰੀਕਾ ਚ ਬੈਠੇ ਗੈਂਗਸਟਰ ਹੈਪੀ ਪਾਸ਼ੀਆ ਦੇ ਨਾਲ। ਹੈਪੀ ਪਾਸ਼ੀਆ ਵੱਲੋਂ ਹੀ ਇਹ ਪੂਰਾ ਜਿਹੜਾ ਅਟੈਕ ਹੈ ਉਹ ਪਲਾਨ ਕੀਤਾ ਗਿਆ ਸੀ। ਇਸ ਤੋਂ ਬਾਅਦ ਇਹਨਾਂ ਦੋਵਾਂ ਮੁਲਜ਼ਮਾਂ ਨੇ, ਇਹਨਾਂ ਦੋਵਾਂ ਅਪਰਾਧੀਆਂ ਨੇ ਇਸ ਅਟੈਕ ਨੂੰ ਅੰਜਾਮ ਦਿੱਤਾ ਸੀ। ਤੁਹਾਨੂੰ ਦੱਸ ਦਈਏ, ਇਸ ਮਾਮਲੇ ਦੇ ਵਿੱਚ ਰੋਹਨ ਮਸੀਹ ਨੂੰ ਪੁਲਿਸ ਨੇ ਸਭ ਤੋਂ ਪਹਿਲਾਂ ਕਾਬੂ ਕੀਤਾ ਤੇ ਹੁਣ ਇਸ ਮਾਮਲੇ ਦੇ ਵਿੱਚ ਲੋੜੀਂਦਾ ਦੂਜਾ ਮੁਲਜ਼ਮ ਵਿਸ਼ਾਲ ਮਸੀਹ ਵੀ ਪੁਲਿਸ ਨੇ ਕਾਬੂ ਕਰ ਲਿਆ। ਇਸ ਫੜੇ ਗਏ ਦੂਜੇ ਮੁਲਜ਼ਮ ਤੋਂ ਕਈ ਮਹੱਤਵਪੂਰਨ ਖੁਲਾਸੇ ਹੋਏ ਨੇ। ਖਾਸ ਤੌਰ ਤੇ 5 ਲੱਖ ਰੁਪਏ ਦੇ ਵਿੱਚ ਅਟੈਕ ਕਰਨ ਦਾ ਇਹ ਸੌਦਾ ਤੈਅ ਹੋਇਆ ਸੀ, ਜਿਸ ਦੇ ਵਿੱਚ 50,000 ਰੁਪਏ ਪਹਿਲਾਂ ਹੀ ਦੇ ਦਿੱਤੇ ਗਏ ਸਨ ਤੇ 2.5-2.5 ਲੱਖ ਰੁਪਇਆ ਹੋਰ ਦਿੱਤਾ ਜਾਣਾ ਸੀ ਇਹਨਾਂ ਦੋਵਾਂ ਹਮਲਾਵਰਾਂ ਨੂੰ। ਇਸ ਮਾਮਲੇ ਦੇ ਵਿੱਚ ਵਿਸ਼ਾਲ ਦੇ ਸਿੱਧੇ ਤਾਰ ਜੁੜੇ ਸਨ। ਸੋਸ਼ਲ ਮੀਡੀਆ ਐਪਸ ਦੇ ਰਾਹੀਂ ਸਿੱਧੀ ਗੱਲਬਾਤ ਕਰਦਾ ਸੀ ਹੈਪੀ ਪਾਸ਼ੀਆ ਨਾਮ ਦੇ ਗੈਂਗਸਟਰ ਦੇ ਨਾਲ ਅਮਰੀਕਾ ਦੇ ਵਿੱਚ। ਪਾਕਿਸਤਾਨ ਦੇ ਵਿੱਚ ਬੈਠੇ ਅੱਤਵਾਦੀ ਰਿੰਦਾ ਦੇ ਨਾਲ ਵੀ ਹੈਪੀ ਪਾਸ਼ੀਆ ਦੇ ਸੰਬੰਧ ਨੇ, ਇਸੇ ਕਰਕੇ ਇਸ ਦੇ ਸਿੱਧੇ ਤਾਰ ਰਿੰਦਾ ਦੇ ਨਾਲ ਵੀ ਜੁੜਦੇ ਨੇ ਤੇ ਇਨਵੈਸਟੀਗੇਸ਼ਨ ਏਜੰਸੀਆਂ ਲਗਾਤਾਰ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰ ਰਹੀਆਂ ਨੇ। ਸੋ ਇਸ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ। ਦੂਜੇ ਪਾਸੇ ਮੀਡੀਆ ਕਰਮੀ ਜਦੋਂ ਹੈਪੀ ਪਾਸ਼ੀਆ ਦੇ ਘਰ ਪਰਿਵਾਰਕ ਮੈਂਬਰਾਂ ਕੋਲ ਪਹੁੰਚੇ ਤਾਂ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਨੂੰ ਬੇਵਜ੍ਹਾ ਤੰਗ ਕੀਤਾ ਜਾ ਰਿਹਾ ਹੈ ਤੇ ਉਹਨਾਂ ਦੇ ਪੁੱਤਰ ਦਾ ਕਹਿਣਾ ਕਿ ਉਸਦਾ ਇਸ ਮਾਮਲੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸੋ ਇਸ ਮਾਮਲੇ ਦੇ ਵਿੱਚ ਵੱਡੀ ਕਾਮਯਾਬੀ, ਦੂਸਰਾ ਮੁਲਜ਼ਮ ਗ੍ਰਿਫਤਾਰ ਹੋ ਗਿਆ ਤੇ ਉਸ ਤੋਂ ਕਈ ਵੱਡੇ ਖੁਲਾਸੇ ਹੋਏ ਨੇ। ਆਉਂਦੇ ਦਿਨਾਂ ਦੇ ਵਿੱਚ ਪੁਲਿਸ ਵੱਲੋਂ ਹੋਰ ਵੀ ਵੱਡੇ ਖੁਲਾਸੇ ਕੀਤੇ ਜਾਣ ਦੀ ਉਮੀਦ ਹੈ।